ਅਸੀਂ ਗੱਲ ਕਰਾਂਗੇ ਪੰਜਾਬੀ ਦੇ ਨਾਵਲ ਅੰਨੇ ਘੋੜੇ ਦਾ ਦਾਨ। ਤੁਹਾਡੇ ਸਿਲੇਬਸ ਦੇ ਵਿੱਚ ਅੰਨੇ ਘੋੜੇ ਦਾ ਦਾਨ ਨਾਵਲ ਲੱਗਿਆ ਹੋਇਆ, ਠੀਕ ਹੈ, ਜਿਹਦਾ ਨਾਵਲਕਾਰ ਦਾ ਨਾਮ ਹੈ ਗੁਰਦਿਆਲ ਸਿੰਘ। ਠੀਕ ਹੈ ਜੀ, ਜਿਹੜਾ ਅੰਨੇ ਘੋੜੇ ਦਾ ਦਾਨ ਨਾਵਲ ਆ ਉਹ ਕਿਹਨੇ ਲਿਖਿਆ? ਗੁਰਦਿਆਲ ਸਿੰਘ ਨੇ। ਨਾਵਲਕਾਰ ਦਾ ਨਾਮ ਜੇ ਅਸੀਂ ਨਾਵਲ ਦੀ ਗੱਲ ਕਰੀਏ ਤਾਂ ਨਾਵਲ ਦੇ ਵਿੱਚ ਨਾਵਲ ਦਾ ਜਿਹੜਾ ਵਿਸ਼ਾ ਉਹ ਅੱਜ ਤੋਂ 50-60 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਦੀ ਖੇਤੀਬਾੜੀ, ਠੀਕ ਹੈ, ਜਾਂ ਉਸ ਤੋਂ ਇਲਾਵਾ ਸੱਭਿਆਚਾਰਕ ਅਤੇ ਆਰਥਿਕ ਪ੍ਰਬੰਧ ਵਿੱਚ ਮਸ਼ੀਨੀਕਰਨ ਦੇ ਵਪਾਰੀਕਰਨ ਦੇ ਸਿੱਟੇ ਵਜੋਂ ਅਜੋਕੇ ਸਮੇਂ ਦੇ ਵਿੱਚ ਕਿਸਾਨ ਦੀ ਆਰਥਿਕ ਮੰਦਹਾਲੀ, ਠੀਕ ਹੈ, ਅਤੇ ਇਸ ਤੋਂ ਇਲਾਵਾ ਖੇਤੀ ਮਜ਼ਦੂਰਾਂ ਦੇ ਦੁਖਾਂਤ ਦੇ ਵਿਸ਼ੇ ਨੂੰ ਪੇਸ਼ ਕੀਤਾ ਗਿਆ। ਠੀਕ ਹੈ ਜੀ, ਇਸ ਨਾਵਲ ਦੇ ਵਿੱਚ ਬਹੁਤ ਸਾਰੇ ਜਿਹੜੇ ਪਾਤਰ ਹੋਏ ਆ। ਸਭ ਤੋਂ ਪਹਿਲਾਂ ਅੱਜ ਅਸੀਂ ਮੀਨੂ ਦੀ ਗੱਲ ਕਰਾਂਗੇ, ਜਿਹੜਾ ਕਿ ਸਭ ਤੋਂ ਪ੍ਰਮੁੱਖ ਪਾਤਰ ਅੰਨੇ ਘੋੜੇ ਦਾ ਦਾਨ ਨਾਵਲ। ਠੀਕ ਹੈ, ਜੇ ਅਸੀਂ ਅੰਨੇ ਘੋੜੇ ਦਾਨ ਨਾਵਲ ਦੇ ਵਿੱਚ ਮੀਨੂ ਦੀ ਗੱਲ ਕਰੀਏ ਤਾਂ ਮੀਨੂ ਇੱਕ ਮਤਲਬ ਬਹੁਤ ਮਿਹਨਤੀ ਲੜਕਾ ਸੀ। ਠੀਕ ਹੈ ਜੀ, ਅੰਨੇ ਘੋੜੇ ਦੇ ਦਾਨ ਨਾਵਲ ਦੇ ਵਿੱਚ ਜਿਹੜਾ ਮੀਨੂ ਦਾ ਬਾਪ ਸੀ ਉਹਨੇ ਆਪਣੇ ਪੁੱਤਰ ਨੂੰ ਪੜ੍ਹਾਇਆ ਸੀ, 5 ਜਮਾਤਾਂ ਪੜ੍ਹਾਇਆ ਸੀ। ਉਹ ਦਿਆਲੂ ਤੇ ਛਿੰਦੇ ਦਾ ਭਰਾ ਸੀ। ਠੀਕ ਹੈ, ਪਹਿਲਾਂ ਪਿੰਡ ਵਿੱਚ ਰਹਿੰਦਾ ਸੀ, ਪਿੰਡ ਵਿੱਚ ਉਹਨੇ ਖੇਤਾਂ ਦੇ ਵਿੱਚ ਸੀਰੀ ਦੇ ਨਾਲ ਮਿਲ ਕੇ ਬਹੁਤ ਜ਼ਿਆਦਾ ਕੰਮ ਕੀਤਾ। ਠੀਕ ਹੈ, ਮਤਲਬ ਕੰਮ ਕਰਦੇ ਵੀ ਉਹਦੇ ਮਤਲਬ ਇੰਨਾ ਜ਼ਿਆਦਾ ਮਿਹਨਤੀ ਸੀ, ਕੰਮ ਵੀ ਕਰਦਾ ਸੀ ਅਤੇ ਕੰਮ ਕਰਨ ਦੇ ਬਾਵਜੂਦ ਵੀ ਉਹਦੇ ਹੱਥ ਪੱਲੇ ਕੁਛ ਨਹੀਂ ਸੀ ਪੈਂਦਾ। ਠੀਕ ਹੈ, ਫਿਰ ਉਹਨੇ ਆਪਣਾ ਘਰ ਛੱਡ ਕੇ ਜਾਣ ਅਤੇ ਪਿੰਡ ਤੋਂ ਸ਼ਹਿਰ ਰਹਿਣ ਦਾ ਫੈਸਲਾ ਕਰਦਾ। ਠੀਕ ਹੈ, ਜਦੋਂ ਉਹ ਪਿੰਡ ਤੋਂ ਸ਼ਹਿਰ ਰਹਿਣ ਲੱਗ ਪਿਆ ਅਤੇ ਸ਼ਹਿਰ ਦੇ ਵਿੱਚ ਉਹਨੇ ਇੱਕ ਰਿਕਸ਼ਾ ਖਰੀਦਿਆ। ਮਤਲਬ ਜਿੰਨੀ ਵੀ ਉਹ ਕਮਾਈ ਕਰਦਾ ਰਿਕਸ਼ੇ ਦੇ ਵਿੱਚੋਂ ਉਹਨੂੰ ਸਿਰਫ 5 ਰੁਪਏ ਆਮਦਨ ਮਿਲਦੀ ਸੀ। ਠੀਕ ਹੈ, 5 ਰੁਪਏ ਦੇ ਨਾਲ ਉਹਦੇ ਜਿਹੜੇ ਘਰ ਦਾ ਗੁਜ਼ਾਰਾ ਸੀ ਬਹੁਤ ਜ਼ਿਆਦਾ ਔਖਾ ਹੁੰਦਾ ਸੀ। ਇੱਕ ਵਾਰ ਹੜਤਾਲਾਂ 'ਤੇ ਕਹਿੰਦੇ ਇੱਕ ਵਾਰੀ ਰਿਕਸ਼ਿਆਂ ਦੀ ਹੜਤਾਲ ਸੀ ਅਤੇ ਇਹਨੇ ਪੁਲਿਸ ਦੀਆਂ ਡਾਂਗਾਂ ਵੀ ਖਾਧੀਆਂ ਸੀ, ਜਿਸ ਕਰਕੇ ਉਹਦੇ ਸਿਰ ਤੋਂ ਜ਼ਖਮੀ ਹੋ ਗਿਆ ਸੀ ਅਤੇ ਉਹਦੇ ਸੱਟਾਂ ਵੱਜੀਆਂ ਸੀ। ਉਦੋਂ ਤੋਂ ਉਹਨੇ ਇਹ ਮਹਿਸੂਸ ਕਰਨ ਲੱਗਾ ਸੀ ਵੀ ਉਹਨੂੰ ਵਾਪਸ ਆਪਣੇ ਪਿੰਡ ਦੇ ਵਿੱਚ ਜਾ ਕੇ ਆਪਣੇ ਬਾਪੂ ਦੀ ਗੱਲ ਮੰਨ ਕੇ ਪਿੰਡ ਵਿੱਚ ਹੀ ਖੇਤਾਂ ਦਾ ਕੰਮ ਕਰਨਾ ਚਾਹੀਦਾ। ਠੀਕ ਹੈ, ਇਸ ਤੋਂ ਇਲਾਵਾ ਨਾਵਲ ਦੇ ਵਿੱਚ ਉਹ ਨਿਰਾਸ਼, ਪਰੇਸ਼ਾਨ, ਨਸ਼ੇਬਾਜ, ਮਿਹਨਤੀ ਪਰ ਬੇਬਸ, ਠੀਕ ਹੈ, ਮਤਲਬ ਇਸੇ ਤਰ੍ਹਾਂ ਦੇ ਜਿਹੜੇ ਉਹਦੇ ਗੁਣ ਔਗਣ ਨੇ ਉਹ ਨਾਵਲ ਦੇ ਵਿੱਚ ਪੇਸ਼ ਕੀਤੇ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਨਿਰਾਸ਼ ਅਤੇ ਪਰੇਸ਼ਾਨ। ਜੇ ਅਸੀਂ ਮੈਨੂੰ ਤੇ ਗੱਲ ਕਰੀਏ ਤਾਂ ਮੈਨੂੰ ਇੱਕ ਨਿਰਾਸ਼ ਅਤੇ ਪਰੇਸ਼ਾਨ ਸੀ। ਕਿਉਂ? ਕਿਉਂਕਿ ਜਿਹੜਾ ਉਹਦਾ ਆਉਣ ਵਾਲਾ ਭਵਿੱਖ ਸੀ ਉਹ ਡੁੱਬਿਆ ਪਿਆ ਸੀ, ਕਿਉਂਕਿ ਉਹ ਮਿਹਨਤ ਤਾਂ ਬਹੁਤ ਕਰਦਾ ਸੀ, ਸ਼ਹਿਰ ਵਿੱਚ ਰਹਿਣ ਲੱਗ ਪਿਆ ਸੀ, ਰਿਕਸ਼ਾ ਚਲਾਉਣ ਲੱਗ ਪਿਆ ਸੀ, ਦਿਨ ਰਾਤ ਮਿਹਨਤ ਕਰਦਾ ਸੀ। ਮਿਹਨਤ ਕਰਨ ਦੇ ਬਾਵਜੂਦ ਵੀ ਉਹਦੇ ਹੱਥ ਪੱਲੇ ਕੁਛ ਨਹੀਂ ਸੀ ਪੈਂਦਾ, ਉਹ ਨਸ਼ੇੜੀ ਵੀ ਸੀ, ਨਸ਼ਾ ਵੀ ਕਰਦਾ ਸੀ। ਠੀਕ ਹੈ, ਦਿਨ ਰਾਤ 12-12 ਘੰਟੇ ਲਗਾਤਾਰ ਕੰਮ ਕਰਦਾ ਰਹਿੰਦਾ ਸੀ, ਪਰ ਉਹਦੀ ਜਿਹੜੀ ਕਮਾਈ ਸੀ ਉਹ ਬਿਲਕੁਲ 5 ਰੁਪਏ ਸੀ। 5 ਰੁਪਏ ਦੇ ਵਿੱਚੋਂ 4 ਰੁਪਏ ਤਾਂ ਉਹ ਆਪਣੇ ਨਸ਼ੇ 'ਤੇ ਕੱਢ ਦਿੰਦਾ ਸੀ ਅਤੇ 1-2 ਰੁਪਏ ਬਚਦੇ ਸੀ, ਜਿਹਦੇ ਕਰਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਠੀਕ ਹੈ, ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਦੇ ਜਿਹੜੇ ਘਰ ਦਾ ਖਰਚਾ ਸੀ ਬਹੁਤ ਜ਼ਿਆਦਾ ਔਖਾ ਚੱਲਦਾ ਸੀ, ਜਿਹਦੇ ਕਰਕੇ ਘਰ ਦੀਆਂ ਜਿਹੜੀ ਘਰ ਦੀ ਆਰਥਿਕ ਮੰਦਹਾਲੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ, ਜਿਸ ਕਰਕੇ ਉਹਦਾ ਜਿਹੜਾ ਜੀਵਨ ਸੀ ਉਹ ਨਿਰਾਸ਼ ਅਤੇ ਪਰੇਸ਼ਾਨ ਸੀ। ਠੀਕ ਹੈ, ਨੈਕਸਟ ਹੈ ਨਸ਼ੇਬਾਜ ਅਤੇ ਬਦਨਾਮ। ਨਸ਼ੇਬਾਜ ਅਤੇ
ਜਿਹੜੀ ਆਪਣੀ ਇੱਕ ਵੱਖਰੀ ਪਹਿਚਾਣ ਹੈ, ਠੀਕ ਹੈ। ਇਸ ਤਰ੍ਹਾਂ ਮੈਨੂੰ ਦੀ ਵੀ ਵੱਖਰੀ ਪਹਿਚਾਣ ਹੈ, ਜਿਹਦੇ ਵਿੱਚ ਉਹਦਾ ਸੈਕਿੰਡ ਪੁਆਇੰਟ ਹੈ ਨਸ਼ੇਬਾਜ਼ ਦੇ ਬਦਨਾਮ। ਨਸ਼ੇਬਾਜ਼ ਕੀ ਉਹ ਬਹੁਤ ਜ਼ਿਆਦਾ ਨਸ਼ੇ ਕਰਦਾ, ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ। ਬੇਸ਼ੱਕ ਉਹਦੇ ਦੋ ਦੋਸਤ ਸੀ, ਦੋ ਦੋਸਤਾਂ ਦਾ ਨਾਮ ਸੀ ਦੁੱਲਾ ਸੀ, ਠੀਕ ਹੈ। ਉਹ ਮਿਹਨਤ ਬਹੁਤ ਕਰਦਾ ਸੀ, ਦਿਨ ਰਾਤ ਭੁੱਖਣ ਪਾਣੀ
ਦੇ ਰਿਕਸ਼ਾ ਚਲਾਉਂਦਾ ਸੀ, ਠੀਕ ਹੈ, ਮਤਲਬ ਦਿਨ ਦੇ 12-12 ਘੰਟੇ, ਦਿਨ ਰਾਤ 12-12 ਘੰਟੇ ਕੰਮ ਕਰਦਾ ਸੀ, ਪਰ ਫਿਰ ਵੀ ਇੰਨਾ ਮਿਹਨਤ ਕਰਨ ਦੇ ਬਾਵਜੂਦ ਵੀ ਉਹਦੇ ਹੱਥ ਪੱਲੇ ਸਿਰਫ 5 ਰੁਪਏ ਪੈਂਦੇ ਸੀ, ਠੀਕ ਹੈ, ਪਰ ਮਿਹਨਤ ਕਰਦਾ ਸੀ ਤੇ ਪਰ ਉਹ ਬੇਵਸ ਸੀ, ਕਿਉਂ, ਕਿਉਂਕਿ ਉਹਨੂੰ ਓਨੀ ਕੁ ਜ਼ਿਆਦਾ ਕਮਾਈ ਨਹੀਂ ਸੀ ਹੁੰਦੀ। ਫਿਰ ਉਹਨੇ ਉਸ ਤੋਂ ਬਾਅਦ ਅਖੀਰ ਦੇ ਵਿੱਚ ਇਹ ਸੋਚਿਆ ਵੀ ਉਸਨੂੰ ਆਪਣਾ ਜਿਹੜਾ ਸ਼ਹਿਰ ਛੱਡ ਕੇ ਵਾਪਸ ਪਿੰਡ ਜਾਣਾ ਚਾਹੀਦਾ, ਆਪਣੇ ਵਾਪਸ ਪਿੰਡ ਜਾ ਕੇ ਖੇਤਾਂ ਦੇ ਵਿੱਚ ਕੰਮ ਕਰਨਾ ਚਾਹੀਦਾ, ਕਿਉਂਕਿ ਖੇਤਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸੀਰੀ ਦੇ ਨਾਲ ਬਹੁਤ ਜ਼ਿਆਦਾ ਕੰਮ ਕਰਦਾ ਸੀ। ਜਦੋਂ ਉਹਨੂੰ ਮਿਹਨਤ ਪੱਲੇ ਦੇ ਨਾ ਪਏ ਤਾਂ ਉਹਨੇ ਪਿੰਡ ਤੋਂ ਸ਼ਹਿਰ ਆਉਣ ਦਾ ਫੈਸਲਾ ਕਰ ਲਿਆ ਸੀ। ਹੁਣ ਅਖੀਰ ਦੇ ਵਿੱਚ ਜਦੋਂ ਉਹਦੇ ਸ਼ਹਿਰ ਆ ਕੇ ਉਹਦੇ ਘਰ ਦੀ ਮੰਦਹਾਲੀ ਹਾਲਤ ਠੀਕ ਨਹੀਂ ਸੀ, ਤਾਂ ਉਹ ਵਾਪਸ ਪਿੰਡ ਵਿੱਚ ਜਾਣਾ ਚਾਹੁੰਦਾ ਸੀ। ਜਿਸ ਰਾਹ ਦੇ ਉੱਤੋਂ ਉਹ ਨਾਗੇ ਸ਼ਹਿਰ ਆਇਆ ਸੀ ਤੇ ਹੁਣ ਉਹਦੀ ਜਿਹੜੀ ਬਾਪ ਦੀ ਯਾਦ ਦੇ ਵਿੱਚ ਉਹਨੇ ਇਹ ਸੋਚਿਆ ਵੀ ਉਹ ਵਾਪਸ ਖੇਤਾਂ ਦੇ ਵਿੱਚ ਜਾ ਕੇ ਕੰਮ ਕਰੇਗਾ, ਤੇ ਉਸਨੇ ਉਸੇ ਹੀ ਰਸਤੇ ਨੂੰ ਫੜ ਲਿਆ ਜਿਸ ਰਸਤੇ ਉਹ ਪਿੰਡ ਤੋਂ ਚੱਲ ਕੇ ਸ਼ਹਿਰ ਆਇਆ ਸੀ। ਇੱਕ ਤਸ ਜੋ ਪੱਤ ਜੇ ਅਸੀਂ ਮੈਨੂੰ ਦੀ ਗੱਲ ਕਰੀਏ ਤਾਂ ਨਾਵਲ ਦੇ ਵਿੱਚ ਉਹਦੀ ਜਿਹੜੀ ਹਾਲਤ ਹੈ ਉਹ ਇੱਕ ਤਰਸਯੋਗ ਹੈ। ਉਹ ਆਪਣੇ ਦੋਸ਼ਾਂ ਦੇ ਬਾਵਜੂਦ ਵੀ ਇੱਕ ਮਤਲਬ ਹਾਲਾਤਾਂ ਦਾ ਮਰਿਆ ਹੋਇਆ ਤਰਸਯੋਗ ਪਾਤਰ ਹੈ, ਠੀਕ ਹੈ। ਮਿਹਨਤੀ ਹੋਣ ਦੇ ਬਾਵਜੂਦ ਵੀ ਜਿਹੜਾ ਉਹਦਾ ਜੀਵਨ ਸੀ, ਜਿਹੜੀ ਉਹਦੀ ਜ਼ਿੰਦਗੀ ਸੀ, ਜਿਹੜਾ ਉਹਦਾ ਆਉਣ ਵਾਲਾ ਭਵਿੱਖ ਸੀ, ਉਹ ਸੁੰਗੜਿਆ ਮਹਿਸੂਸ ਹੁੰਦਾ ਸੀ, ਅਨਿਸ਼ਚਿਤ ਮਹਿਸੂਸ ਹੁੰਦਾ ਸੀ, ਧੁੰਦਲਾ ਮਹਿਸੂਸ ਹੁੰਦਾ ਸੀ, ਠੀਕ ਹੈ। ਇਹ ਸੀ ਮੈਨੂੰ ਦਾ ਕਰੈਕਟਰ, ਠੀਕ ਹੈ। ਬਾਕੀ ਕਰੈਕਟਰ ਅਸੀਂ ਨੈਕਸਟ ਵੀਡੀਓ 'ਚ ਕਰਾਂਗੇ। ਥੈਂਕ ਯੂ।